नाता ने एक तखलीकी सफर का कोई हिस्सा नहीं, इहदे च कोई कोशिश दा अमल दखल नहीं। मैं एक किताब पिछले साल कंपोज की, सिर्फ 64 सफ़ियां दी किताब है, मैं छापी हुई है उर्दू नसर च तसव्वुफ दी किताब। उस बंदे ने कोशिश की थी कि वो गैर मनकूत किताब लिखे। नसर लिखना शायरी नालों बहुत ही आसान काम है, लेकिन वो नसर लिख दिया उन्हें कोई आसान लफ्ज अपने जुमले पूरे करने नहीं लगे, और उन्हें बहुत सारे उर्दू दे लफ्जां च उर्दू जुमलिया च फारसी और अरबी चो गैर मनकूत जुमले लब लब के ते उस किताब को मुकम्मल किया है। और वो नसर पढ़ दिया उर्दू नसर महसूस नहीं हुई, मगर मेहताब नकवी साहब जी नात पेश कर रहे सन गैर मनकूत नात, उस नात को सुनदिया किधरे एहसास ही नहीं होता कि कोई गैर मानूस लफज भी उहदे च शामिल है, कोई मुश्किल लफज भी आता है। उर्दू दे आम फहम लफ्ज और फिर वो सारे दे सारे गैर मनकूत, किसी एक लफ्ज ते नुक्ता नहीं। मैं बतौर शायर 1983 च मैं पहली नात लिखी सी, ते अज 2024 41 साल बाद भी मेरी किताब मुकम्मल नहीं हुई। कोशिश करके तुसी कोई भी काम नहीं कर सकते। दो मैनू 6-6 महीने बाद भी कई बार मैं नवी नात करना, कई बार महीने बाद आ जाती है, कई बार हफ्ते बाद भी अता हो जाती है, लेकिन जो उधरों मेहरबानी होनी है उदो सिर्फ नात जी कही जा सकती है। लेकिन सैयद अमीन अली नकवी हुरादी एक किताब जी मुहम्मद ही मुहम्मद मुहम्मद ही मुहम्मद इस किताब दे जेडे ने वो अगर असी सफिया की गिनती करिए 222 ने, ते 222 सफिया दिया नाता वाह एक महीने च तखलीक हो जाए। माशाल्लाह माशाल्लाह सुभान अल्लाह। ए सारियां दिया सारियां नाता एक रमजान दी तखलीक ने। सुभान अल्लाह। और एक रमजान दे महीने च पूरी नाता दी किताब आ जाए, ओदे च एक भी नुक्ता ना होवे। शायर दा ते ना भी नुक्ते दे बगैर नहीं सी, ਉਹਨਾਂ ਦਾ ਨਾਂ ਅਮੀਨ ਔਰ ਨਕਵੀ ਬਾਕੀ ਕਿਤਾਬਾਂ 'ਚ ਉਹਨਾਂ ਦੇ ਤਖੱਲਸ ਨਕਵੀ ਇਸਤੇਮਾਲ ਕਰਦੇ ਸਨ, ਲੇਕਿਨ ਇਸ ਕਿਤਾਬ 'ਚ ਉਹਨਾਂ ਨੇ ਆਪਣਾ ਤਖੱਲਸ ਅਲੀ ਇਸਤੇਮਾਲ ਕੀਤਾ ਹੈ। ਔਰ ਪੂਰੀ ਦੀ ਪੂਰੀ ਕਿਤਾਬ ਜਿਹੜੀ ਹੈ ਉਹਦੇ 'ਚ ਇੱਕ ਵੀ ਨੁਕਤਾ ਨਹੀਂ ਆਣ ਦਿੱਤਾ, ਔਰ ਇੰਨੀ ਰਵਾਂ ਇੰਨੀ ਆਸਾਨ ਇੰਨੀ ਆਮ ਫਹਿਮ ਜ਼ੁਬਾਨ ਕਿ ਹਰ ਬੰਦਾ ਪੜ੍ਹਦਿਆਂ ਇੰਝ ਹੀ ਲੱਗਦਾ ਹੈ ਘੱਟ ਪੜ੍ਹਿਆ ਲਿਖਿਆ ਮੈਟ੍ਰਿਕ ਪੜ੍ਹਿਆ ਬੰਦਾ ਜਿਹੜਾ ਹੈ ਉਸ ਤੋਂ ਵੀ ਘੱਟ ਪੜ੍ਹਿਆ ਲਿਖਿਆ ਬੰਦਾ ਜਿਹੜਾ ਹੈ ਉਹਨੂੰ ਇੱਕ ਇੱਕ ਲਫ਼ਜ਼ ਦੀ ਸਮਝ ਆ ਰਹੀ ਹੈ। ਔਰ ਆਸਾਨ ਔਰ ਆਮ ਫਹਿਮ ਜ਼ੁਬਾਨ 'ਚ ਗੈਰ ਮਨਕੂਤ ਕਲਾਮ ਲਿਖਣਾ ਇਹ ਕਿਸੇ ਸ਼ਾਇਰ ਦੇ ਵੱਸ ਦੀ ਗੱਲ ਨਹੀਂ, ਇਹ ਸਰਕਾਰ ਦੀ ਅਤਾ ਹੈ। ਔਰ ਫਿਰ ਇੱਕ ਮਹੀਨੇ 'ਚ ਪੂਰੀ ਕਿਤਾਬ ਲਿਖੀ ਜਾਣਾ, 225 ਸਫ਼ੇ ਦੀ ਕਿਤਾਬ ਇੱਕ ਮਹੀਨੇ 'ਚ ਤਖਲੀਕ ਹੋਣਾ, ਜਦੋਂ ਵੱਡੇ ਵੱਡੇ ਸ਼ਾਇਰ ਪੂਰੀ ਜ਼ਿੰਦਗੀ 'ਚ ਇੱਕ ਇੱਕ ਕਿਤਾਬ ਲਿਖ ਪਾਉਂਦੇ ਨੇ ਨਾਤ ਦੀ, ਔਰ ਉਹਨੂੰ ਫਖਰ ਸਮਝਦੇ ਨੇ ਕਿ ਉਹਨਾਂ ਨੇ ਇੱਕ ਕਿਤਾਬ ਲਿਖੀ। ਲੇਕਿਨ ਇੱਕ ਮਹੀਨੇ 'ਚ ਨਾਤ ਦੀ ਕਿਤਾਬ ਤਖਲੀਕ ਹੋਣਾ ਅਮਲ ਦਖਲ ਦਾ ਕੋਈ ਤਲਕ ਨਹੀਂ, ਇਹ ਸਿਰਫ ਹਜ਼ੂਰ ਦੀ ਨਜ਼ਰ ਕਰਮ ਦਾ ਫਲ। ਔਰ ਇਸ ਖਾਨਦਾਨ ਤੇ ਹਮੇਸ਼ਾ ਸਰਕਾਰ ਦੀ ਨਜ਼ਰ ਕਰਮ ਕਰੇ ਇਸ ਖਾਨਦਾਨ ਵਾਲਿਆਂ ਨੇ, ਕਿਉਂਕਿ ਇਹ ਉਹ ਖਾਨਦਾਨ ਹੈ ਜਿਹਦੇ ਵਿੱਚ ਸਰਕਾਰੀ ਅੰਬੀਆਂ ਦਾ ਖੂਨ ਸ਼ਾਮਿਲ। ਸੁਭਾਨ ਅੱਲਾਹ। ਜਿਹੜੇ ਆਲੇ ਰਸੂਲ ਨੇ ਸੁਭਾਨ ਤੇ ਇਹਨਾਂ ਦਾ ਦਰਜਾ ਹਮੇਸ਼ਾ ਬਾਕੀ ਮਖਲੂਕ ਤੋਂ ਆਲਾ ਰਹਿਣਾ ਹੈ ਔਰ ਆਲਾ ਰਹੇਗਾ, ਲੇਕਿਨ ਕਰਮ ਤੇ ਵੀ ਅੱਗੇ ਹਮੇਸ਼ਾ ਸਭ ਤੋਂ ਜ਼ਿਆਦਾ ਹੋਇਆ। ਮੇਰੇ ਵਾਲਿਦ ਸਾਹਿਬ ਦੀ ਅਕੀਦਤ ਦੀ ਇੱਕ ਵਜ੍ਹਾ ਇਹ ਸੀ ਕਿ ਉਹ ਬਜ਼ੁਰਗਾਂ ਨੇ ਦੀਨ ਨਾਲ ਬੜੀ ਮੁਹੱਬਤ ਕਰਦੇ ਸਨ। ਪੀਰ ਸਾਹਿਬ ਇੱਕ ਗੱਦੀ ਦੇ ਵਾਰਸ ਵੀ ਸਨ ਔਰ
ਇਸ ਲਈ ਉਹਨਾਂ ਕੋਲ ਅਮੀਨ ਸਾਹਿਬ ਨੂੰ ਮਿਲਣ ਵੀ ਬਾਕਾਇਦਾ ਫੈਸਲਾ ਬਾਦ ਕਰ ਸਾਡੇ ਨਾਲ ਜਾਂਦੇ ਰਹੇ ਲੇਕਿਨ ਮੈਂ ਸਮਝਦਾ ਹਾਂ ਕਿ ਜਿਹੜਾ ਕਰਮ ਸਰਕਾਰ ਨੇ ਇਸ ਖਾਨਦਾਨ ਤੇ ਕੀਤਾ ਉਹਦਾ ਬਹੁਤ ਹਿੱਸਾ ਅਮੀਨ ਅਲੀ ਨਕਵੀ ਨੂੰ ਇਸ ਲਈ ਮਿਲਿਆ ਕਿ ਨਾਤ ਤੇ ਬਹੁਤ ਸਾਰੇ ਲੋਕਾਂ ਨੇ ਲਿਖੀ ਹੈ ਬੜੀ ਬੜੀ ਕਮਾਲ ਦੀ ਨਾਤ ਲਿਖੀ ਗਈ ਬੜੀ ਬੜੀ ਅਵਾਮ ਦੀ ਨਾਤ ਲਿਖੀ ਗਈ ਐਸੀ ਐਸੀ ਨਾਤ ਲਿਖੀ ਗਈ ਜਿਹਦੀ ਅੱਜ ਵੀ ਲੋਕਾਂ ਨੂੰ ਯਾਦ ਹੈ ਅਜ਼ਬਰ ਹੈ ਲੇਕਿਨ ਜਿਹੜੀ ਸਾਦਾਤ ਨੂੰ ਕੋਈ ਇੱਕ ਦੀ ਨਾਤ ਵੀ ਅਗਰ ਅਤਾ ਹੋਈ ਹੈ ਤੇ ਅਜਿਹੀ ਅਤਾ ਹੋਈ ਹੈ ਕਿ ਉਹ ਬੱਚੇ ਬੱਚੇ ਦੀ ਜ਼ੁਬਾਨ ਤੇ ਪਹੁੰਚਦੀ ਨਜ਼ਰ ਆ ਮਿਸਾਲ ਦੇ ਤੌਰ ਤੇ ਪੰਜਾਬੀ ਨਾਤ ਦੇ ਹਵਾਲੇ ਨਾਲ ਪੰਜਾਬੀ ਨਾਤ ਦੀ ਤਾਰੀਖ ਚ ਅਗਰ ਸਭ ਤੋਂ ਵੱਡੀ ਨਾਤ ਔਰ ਹਰ ਸ਼ਖਸ ਦੀ ਜ਼ੁਬਾਨ ਤੇ ਨਾਤ ਹੈ ਤੇ ਉਹ ਪੀਰ ਮੇਰ ਅਲੀ ਸ਼ਾਹ ਜੀ ਅੱਜ ਸਿੱਖ ਮਿੱਤਰਾਂ ਦੀ ਸੁਭਾਨ ਅੱਲਾਹ ਇਹ ਸਾਦਾਤ ਘਰਾਣੇ ਦੀ ਅਤਾਵਾਂ ਨੇ ਕਿ ਉਧਰੋਂ ਜਿਹੜੀ ਸ਼ੈ ਮਿਲਦੀ ਉਹਦੇ ਆਵਾਮ ਤੱਕ ਇੰਜ ਮਕਬੂਲ ਹੁੰਦੀ ਜਿਵੇਂ ਹਰ ਕਿਸੇ ਦੇ ਦਿਲ ਚੋਂ ਨਿਕਲੀ ਹੋਈ ਗੱਲ ਔਰ ਸਾਡੇ ਲਈ ਤੇ ਉਹ ਮਤਲਬ ਜਦੋਂ ਸਲੀਮ ਭੱਟ ਸਾਹਿਬ ਸਾਡੀ ਮਹਿਫਲ ਜਿਸ ਨਾਤ ਨੂੰ ਪੜ੍ਹਦੇ ਨੇ ਤੇ ਉਹ ਇੱਕ ਵੱਖਰਾ ਹੀ ਸਮਾਂ ਬਣ ਲੈਂਦੇ ਨੇ ਔਰ ਅਸੀਂ ਸਲੀਮ ਭੱਟ ਸਾਹਿਬ ਨੂੰ ਪੁੱਛਾਂ ਫਰਮਾਇਸ਼ ਕਰ ਲਿਆ ਕਿ ਭਾਵੇਂ ਇੱਕ ਸ਼ੇਰ ਪੜ੍ਹ ਕੇ ਸੁਣਾ ਦਿਓ ਇਸ ਨਾਤ 'ਚ ਤੁਸੀਂ ਜ਼ਰੂਰ ਆਪਣਾ ਹਿੱਸਾ ਪਾਓ ਕਿਉਂਕਿ ਇਹ ਵੀ ਇੱਕ ਖਾਸ ਅਤਾ ਇੱਕ ਖਾਸ ਕੈਫੀਅਤ ਦੀ ਨਾਤ ਹੈ ਅਮੀਨ ਅਲੀ ਨਕਵੀ ਹੋਰਾਂ ਦੀਆਂ ਨਾਤਾਂ ਵੀ ਖਾਸ ਕੈਫੀਅਤ ਦੀਆਂ ਨਾਤਾਂ ਨੇ ਔਰ ਉਹ ਖਾਸ ਕੈਫੀਅਤ ਕੀ ਹੈ ਅਰਬੀ ਚ ਨਾਚ ਲਿਖ ਰਹੇ ਨੇ ਤੇ ਗੈਰ ਮਨਗੂਨ ਉਰਦੂ ਚ ਨਾਚ ਲਿਖ ਰਹੇ ਨੇ ਤੇ ਗੈਰ ਮਨਗੂਨ ਪੰਜਾਬੀ ਚ ਉਹਨਾਂ ਦੀਆਂ ਨਾਤਾਂ ਮੌਜੂਦ ਨੇ ਗੈਰ ਮਨਗੂਨ ਔਰ ਫਿਰ ਇਹਨਾਂ ਨਾਤਾਂ ਚੋਂ ਕੁਝ ਨਾਤਾਂ ਜੈ ਨੇ ਮਤਲਬ ਇਹ ਕਮਾਲ ਹੈ ਕਿ ਪੂਰੀ ਕਿਤਾਬ ਚ ਅਲਫ ਨਹੀਂ ਹੈ ਉਹ ਸਾਰੇ ਲਫ਼ਜ਼ ਜਿਹੜੇ ਨੇ ਇਹਨਾਂ ਤਰਤਕ ਕਰਕੇ ਕੋਸ਼ਿਸ਼ ਕਰਕੇ ਕੋਈ ਨਹੀਂ ਕਰ ਸਕਦਾ ਮਿਸਰਾ ਮਤੇ ਜਦੋਂ ਇਹ ਪੜ੍ਹ ਰਿਹਾ ਸਰ ਤੇ ਮੈਂ ਉਹ ਸੋਚ ਰਿਹਾ ਸੀ ਅੱਗੇ ਕੀ ਆਏਗਾ ਲੇਕਿਨ ਉਹ ਜਿਸ ਵੇਲੇ ਉਹਨਾਂ ਨੇ ਹਵਾ ਬਣੀ ਆਤੀ ਕਿਉਂਕਿ ਮਿਸਰਾ ਹਵਾ ਵਾਲਾ ਹਾਂ ਹਾਂ ਮੇਰੀ ਉਮਰ ਭਰ ਹਰਦਮ ਹਰਦਮ ਹਵਾ ਹੋ ਰਹੀ ਹੈ ਮਤਲਬ ਹੁਣ ਮੇਰੀ ਉਮਰ ਦੇ ਅੱਗੇ ਉਹ ਖਤਮ ਹੋਣ ਦੇ ਮਹੀਨੇ ਤੇ ਮੇਰੇ ਜ਼ਿਹਨ ਚ ਕਈ ਲਫ਼ਜ਼ ਘੁੰਮ ਰਹੇ ਸਨ ਲੇਕਿਨ ਹਵਾਲ ਮੇਰਾ ਜ਼ਿਹਨ ਨਹੀਂ ਸੀ ਜਾ ਰਿਹਾ ਔਰ ਇਹ ਤਲਾਸ਼ ਕਰਨਾ ਔਰ ਕੋਸ਼ਿਸ਼ ਕਰਨਾ ਫਿਰ ਤੇ ਇੱਕ ਨਾਤ ਵੀ ਪੂਰੀ ਨਹੀਂ ਹੁੰਦੀ ਅਗਰ ਬੰਦਾ ਕੋਸ਼ਿਸ਼ ਕਰ ਬਹਿ ਜਾਵੇ ਲਫ਼ਜ਼ ਸਾਹਮਣੇ ਲਾ ਕੇ ਲਿਖਣਾ ਸ਼ੁਰੂ ਕਰ ਦੇਵੇ ਮਹੀਨੇ 'ਚ ਪੂਰੀ ਕਿਤਾਬ ਤਾਂ ਹੀ ਹੁੰਦੀ ਹੈ ਜੇ ਕਿਸੇ ਪਾਸੇ ਉਹ ਆਪਣੇ ਆਪ ਨੇ ਔਰ ਇਹ ਵਾਕਿਆ ਹੀ ਹੈ ਇਹ ਸਾਰੀਆਂ ਦੀਆਂ ਸਾਰੀਆਂ ਨਾਤਾਂ ਤਾਂ ਨੇ ਔਰ ਇਸ ਘਰਾਣੇ ਤੇ ਨਾਤ ਦੇ ਹਵਾਲੇ ਨਾਲ ਵੈਸੇ ਖਾਸ ਅਤਾ ਹੈ ਜੇ ਪਹਿਲਾ ਪਾਕਿਸਤਾਨ ਚ ਨਹੀਂ ਪੂਰੀ ਦੁਨੀਆ ਚ ਪਹਿਲਾ ਬੰਦਾ ਜਿਹਨੇ ਉਰਦੂ ਜ਼ਬਾਨ ਚ ਗੈਰ ਮਨਕੂਤ ਨਾਤ ਲਿਖੀ ਹੈ ਡਾਕਟਰ ਅਮੀਨ ਅਲੀ ਨੇ ਪੂਰੀ ਦੁਨੀਆ ਚ ਪਹਿਲਾ ਬੰਦਾ ਜਿਹਨੇ ਗੈਰ ਮਨਕੂਤ ਉਰਦੂ ਜ਼ਬਾਨ ਚ ਨਾਤ ਲਿਖੀ ਉਹ ਅਮੀਨ ਅਲੀ ਨਕਵੀ ਨੇ ਤੇ ਪੂਰੀ ਦੁਨੀਆ ਚ ਜਿਸ ਬੰਦੇ ਨੇ ਪੰਜਾਬੀ ਨਾਤ ਦੇ ਸਭ ਤੋਂ ਪਹਿਲੇ ਸਭ ਤੋਂ ਭਰਪੂਰ ਸਭ ਤੋਂ ਵੱਡਾ ਮਕਾਲਾ ਲਿਖਿਆ ਉਹ ਡਾਕਟਰ ਆਫਤਾਬ ਅਹਿਮਦ।